ਢਿੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸੀਰਾ ਢਿੱਲੋਂ, ਅੱਜ ਆਏ ਸੀਗੇ ਮੋਰਨਿੰਗ ਵਾਕ ਕਰਨ ਇੱਧਰ ਅਤੇ ਆਪਣੇ ਭੈਣੀ ਵਾਲੇ ਰਾਹ, ਅਤੇ ਹੱਥ ਠਰਦੇ ਸੀ ਥੋੜ੍ਹੇ ਜਿਹੇ, ਅਤੇ ਚੱਲ ਮੈਂ ਜਾਂਦੇ ਹੋਏ ਤਾਂ ਗੌਰ ਨਹੀਂ ਕੀਤੀ, ਜਾਇਆ ਸਿਰੇ ਤਾਂ ਜਿੱਥੇ ਤਾਂ ਜਾਣੇ ਸੀ ਵਾਕ ਕਰਨ, ਅਤੇ ਮੁੜਦੇ ਹੋਏ ਮਹਿਸੂਸ ਜਿਹਾ ਕੀਤਾ, ਮੈਂ ਕਿਹਾ ਵੀ ਹੱਥ ਜ਼ਿਆਦਾ ਠਰ ਰਿਹਾ, ਚੱਕਰ ਕੀ ਆ। ਕੋਰੇ ਵੱਲ ਹੀ ਧਿਆਨ ਹੀ ਨਹੀਂ ਸੀਗਾ ਅਤੇ ਕੋਰਾ ਹਲਕਾ ਹਲਕਾ ਪੈਣ ਲੱਗ ਗਿਆ ਵਾ। ਮੈਂ ਦਿਖਾਉਣਾ ਤੁਹਾਨੂੰ ਹੁਣ, ਅਤੇ ਮੈਂ ਕਿਹਾ ਚੱਲ ਵੀ ਸੈਰ ਕਰ ਆਈਏ, ਕਈ ਦਿਨ ਹੋ ਗਏ ਸੀਗੇ ਕੀਤਾ ਨਹੀਂ ਸੀ ਕੰਮ ਸਟਾਰਟ ਜੋਗਿੰਗ ਵਾਲਾ ਆਪਣਾ, ਅਤੇ ਇਸ ਤੋਂ ਬਾਅਦ ਜਾਣਾ ਫਿਰ ਹੁਣ ਖਾੜੇ ਨੂੰ, ਲਾਵਾਂਗੇ ਮਿੱਟੀ ਆਲੂਆਂ ਨੂੰ। ਆਪਣੇ 2 ਕਿੱਲੇ ਜਿਹੜੇ ਪਹਿਲਾਂ ਬੀਜੇ ਸੀ ਵੱਟਾਂ ਵਾਲੇ, ਉਹਨਾਂ ਨੂੰ ਮਿੱਟੀ ਲਾਉਣੀ ਪੈਣੀ ਆ, 1 ਪਾਲੀ ਦੇ ਲਾਉਣੀ ਆ ਮਿੱਟੀ ਆਲੂਆਂ ਨੂੰ। ਅਤੇ ਮੈਂ ਕਿਹਾ ਚੱਲ ਵੀ ਗੇੜਾ ਕੱਢਿਆ ਹੁੰਦੇ ਆ ਸੁਬਹਾ ਸੁਬਹਾ, ਅਤੇ ਦਿਖਾਉਣਾ ਮੈਂ ਤੁਹਾਨੂੰ ਹੁਣ, ਅਤੇ ਜਾਣੀ ਕੋਰਾ ਹਲਕਾ ਹਲਕਾ ਪੈਣ ਲੱਗ ਗਿਆ ਵਾ, ਦੇਖ ਸਕਦੇ ਹਾਂ ਸੂਰਜ ਚੜ ਗਿਆ ਵਾ, ਅਤੇ ਪਰਾਲੀ ਦੇ ਉੱਤੇ ਇਹ ਸੌਖਾ ਦਿਖ ਜਾਂਦਾ, ਜਾਣੀ ਕੋਰਾ ਦੇਖ ਸਕਦੇ ਹਾਂ। ਠਾਰੀ ਕਾਫੀ ਸੀ ਅੱਜ, ਜਾਣੀ ਹੱਥਾਂ ਤੋਂ ਪਤਾ ਲੱਗਣ ਲੱਗ ਜਾਂਦਾ ਹੁੰਦਾ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਘਰੋਂ, ਅਤੇ ਕੋਰਾ ਜਾਣੀ ਅੱਜ ਪਿਆ ਹੋਇਆ ਵਾ, ਸਟਾਰਟ ਹੋ ਗਿਆ ਮੌਸਮ। ਇਹ ਇੱਕ ਫਾਲੀ ਟੁੱਟੀ ਹੋਈ ਸੀ ਪੰਜੇ ਦੇ ਮੂਹਰੇ, ਜਿਹੜੇ ਆਪਣੇ ਗੋਡੀ ਕਰਨ ਲਈ ਲਾਈ ਹੁੰਦੀ ਆ, ਮੂਹਰੇ ਮੂਹਰੇ ਇਹ ਵੱਟਾਂ ਦੀ ਗੋਡੀ ਕਰਦੀ ਆ ਫਾਲੀ, ਅਤੇ ਇਹ ਟੁੱਟ ਗਈ ਸੀ ਪਿਛਲੇ ਸਾਲ, ਅਤੇ ਇਹਨੂੰ ਫਿਰ ਬਿਲਡ ਕਰਨਾ ਪੈਣਾ ਸੀ ਅੱਜ, ਕਿਉਂਕਿ ਲਾਉਣੀ ਹੈ ਮਿੱਟੀ। ਅਤੇ ਇਹ ਕਈ ਦਿਨ ਜਾਣੀ ਪਹਿਲਾਂ ਕਰਤੀ ਸੀ ਮੈਂ, ਫਿਰ ਮੈਂ ਕਿਹਾ ਚਲੋ ਵਿੱਚ ਸ਼ੇਅਰ ਕਰ ਦਿੰਦੇ ਹਾਂ ਵੀਡੀਓ, ਅਤੇ ਬਿਲਡ ਕਰਤੀ ਇਹ, ਅਤੇ ਇਹ ਤਾਂ ਬਿਨਾਂ ਫਿਰ ਪੰਜਾ ਕਾਮਯਾਬ ਨਹੀਂ ਗਾ, ਤਾਂ ਕਰਕੇ ਬਿਲਡ ਕਰਨੀ ਜ਼ਰੂਰੀ ਸੀ ਬਣਦੀ ਇਹ। ਅਤੇ ਇਹਦਾ ਕੰਮ ਹੁੰਦਾ ਗੋਡੀ ਕਰਨਾ, ਵੱਟ ਤੋਂ ਜਾਣੀ ਪੁਰਾਣੀ ਮਿੱਟੀ ਲਾ ਦੇਣੀ ਆ, ਮਗਰ ਫਿਰ ਵੱਡੇ ਫਾਲੇ ਜਿਹੜੇ ਹੁੰਦੇ ਉਹ ਮਿੱਟੀ ਚਾੜ ਦਿੰਦੇ ਆ ਆਲੂ ਵਾਲੀ ਵੱਟ 'ਤੇ, ਅਤੇ ਇਹਨੂੰ ਬਿਲਡ ਕਰਤਾ ਹੁਣ, ਇਹਨੂੰ ਕੱਸ ਦਾਂਗੇ ਹੁਣ, ਅਤੇ ਚੱਲਦੇ ਹਾਂ ਫਿਰ ਖਾੜੇ, ਹੁਣ ਲਾਉਂਦੇ ਹਾਂ ਮਿੱਟੀ। ਆ ਗਏ ਹਾਂ ਖਾੜੇ, ਹੁਣ ਲੱਗਿਆ ਤਿਆਰੀ ਕਰਨ, ਹੁਣ ਪਾਲੀ ਕਰੀ ਜਾਂਦਾ ਸੈੱਟ ਕੰਮ, ਅਤੇ ਰੇਹ ਪਾ ਕੇ ਟੋਲੀ 'ਚ, ਘਿਓ ਬਥੇਰਾ ਖਾਂਦਾ ਫਿਰ ਕਹੂਗਾ ਮੇਰਾ ਭਾਰ ਵੱਧ ਗਿਆ, ਅਤੇ ਕਹਿੰਦਾ ਸਰੀਰ ਕਮਜ਼ੋਰ ਨਹੀਂ ਹੋਣ ਦੇਣਾ ਆਪਾਂ, ਵੀ ਐਂ ਰਹਿਣਾ ਖਾਂਦੇ ਪੀਂਦੇ ਘਰਾਂ ਦੇ ਕਿ ਨਹੀਂ ਪਾਲੀ, ਫਿਰ ਇੱਥੇ ਆ ਕੇ ਪ੍ਰੋਬਲਮ ਆਉਂਦੀ ਆ। ਪਾਲੀ ਦਾ ਮਤਲਬ ਸਹੀ ਆ ਵੀ ਫਿਰ ਗੱਟੂ ਨਹੀਂ ਚੱਕ ਆਉਂਦਾ ਹੈ, ਯਾਨੀ ਕਮਜ਼ੋਰੀ ਮਹਿਸੂਸ ਹੁੰਦੀ ਆ ਫਿਰ ਜਦੋਂ ਆਇਆ, ਕਹਿੰਦਾ ਭੱਜ ਕੇ ਲਿਆ ਭੱਜ ਕੇ ਲਿਆ। ਬਿਲਕੁਲ ਤਿਆਰੀ ਹੋ ਚੁੱਕੀ ਆ, ਹੁਣ ਕਰਦੇ ਹਾਂ ਟਰੈਕਟਰ ਸਟਾਰਟ, ਅਤੇ ਲਾਉਣ ਲੱਗਦੇ ਹਾਂ ਫਿਰ ਮਿੱਟੀ। ਪਹਿਲਾਂ ਇੱਧਰ ਲਾ ਦਾਂਗੇ ਕੈਮ ਵਾਲੇ ਪਾਲੀ ਦੇ, ਅਤੇ ਫਿਰ ਲਾਵਾਂਗੇ ਉੱਧਰ ਮੋਟਰ 'ਤੇ ਆਪਣੇ 2 ਕਿੱਲੇ। ਕੰਮ ਸਟਾਰਟ ਕਰਤਾ, ਟਾਇਰ ਦੇਖ ਸਕਦੇ ਹਾਂ ਜਿਹੜੇ ਆਪਾਂ ਕੱਲ੍ਹ ਅੰਦਰ ਕੀਤੇ ਸੀਗੇ, ਕਿਉਂਕਿ ਪਲੇਟ ਥੋੜ੍ਹੀ ਜਿਹੀ ਬਾਹਰ ਆਉਣ ਕਰਕੇ ਵੇਟ ਬਾਹਰ ਦੱਸਦਾ। ਹੁਣ ਟਾਇਰ ਅੰਦਰ ਕਰਨ ਦਾ ਫਾਇਦਾ ਇਹ ਆ, ਦੇਖੋ ਆ ਜਿਹੜੀ ਵੱਡੀ ਵੇਲ ਹੈ ਇਹ ਟੱਚ ਤਾਂ ਹੋਊਗੀ ਪਰ ਟਾਇਰ ਉਹਨੂੰ ਵੱਢੂਗਾ ਨਹੀਂ, ਜੇ ਟਾਇਰ ਬਾਹਰ ਹੋਣ ਤਾਂ ਇਹਨੂੰ ਵੱਢ ਦੇਣਾ ਟਾਇਰ ਨੇ ਥੱਲੇ ਲੈ ਕੇ ਇਹਨੂੰ ਵੇਲ ਨੂੰ, ਅਤੇ ਵੇਲਾਂ ਜੇ ਇਹਦੂ ਵੱਡੀਆਂ ਵੀ ਹੋਣਗੀਆਂ ਹੁਣ ਚੱਲਣਗੀਆਂ ਜਾਣੀ, ਅਤੇ ਮਿੱਟੀ ਵੈਸੇ ਆਪਾਂ ਬਾਤਾ ਜਾਣੀ ਹੁਣ ਲਾਉਣ ਦੇ ਪੂਰਾ ਦੇਖ ਸਕਦੇ ਹਾਂ। ਟਾਇਰ ਦੇਖੋ ਬਿਲਕੁਲ ਖਾਲੀ ਦੇ ਵਿੱਚ ਆ ਰਿਹਾ ਵਾ, ਬਿਲਕੁਲ ਉੱਪਰ ਨਹੀਂ ਆਲੂਆਂ ਦੇ ਵੇਲਾਂ ਦੇ ਚੜ੍ਹ ਰਿਹਾ, ਬਿਲਕੁਲ ਖਾਲੀ 'ਚ ਚੱਲੂਗਾ। ਬਸ ਚੱਕਰ ਕੀ ਆ, ਉਹ ਆਪਾਂ ਨੂੰ ਕੱਲ੍ਹ ਜਾਣੀ ਅੱਧਾ ਪੌਣਾ ਘੰਟਾ ਲੱਗਿਆ ਖੋਲ੍ਹ ਕੇ ਪਲੇਟਾਂ ਬਾਹਰ ਕਰਨ ਦੀ ਖਾਤਰ, ਅਤੇ ਉਹ ਕੱਲ੍ਹ ਨੂੰ ਫਿਰ ਕਰ ਦਾਂਗੇ ਉੱਦਾਂ ਹੀ, ਕੋਈ ਚੱਕਰ ਨਹੀਂ ਗਿਆ ਇਹਦਾ। ਅਤੇ ਜਾਣੀ ਮਤਲਬ ਜੇ ਆਪਾਂ ਖੋਲ੍ਹਣ ਕਰਨ ਤੋਂ ਚੱਲ ਜਾਈਏ ਵੀ ਟਾਇਰ ਬਦਲੀ ਕਰਨੇ ਆ, 12 ਦੇ ਪਾਉਣੇ ਆ, ਫਰਾਨਾ ਪਾਉਣੇ ਆ, ਵੀ ਕੁਛ ਕਰਦੇ ਆ, ਅਤੇ ਆਪਣਾ ਜਾਣੀ ਕੰਮ ਇਹਦੇ ਨਾਲ ਚੱਲਦਾ ਵਾ। ਮਿੱਟੀ ਦੇਖ ਸਕਦੇ ਹੋ ਤੁਸੀਂ, ਖਿੱਚਦਾ ਕੰਮ ਪੂਰਾ, ਮੂਹਰੇ ਜਿਹੜੀਆਂ ਫਾਲੀਆਂ ਨਾ ਉਹਨਾਂ ਦਾ ਬਹੁਤ ਕੰਮ ਆ।
ਇਹ ਤਾਂ ਚਲੋ ਟਾਇਰ ਵਾਲੀ ਖਾਲੀ ਆ ਗਈ, ਮਿੱਟੀ ਵੈਸੇ ਵੱਧ ਜਾਂਦੀ ਆ ਟਾਇਰ ਮੂਹਰੇ ਕਿਉਂਕਿ ਗੁੱਡੀ ਪੱਟ ਜਾਂਦੀ ਹੈ ਮਿੱਟੀ, ਅਤੇ ਉਹ ਨਾਲ ਦੇ ਸਿਆੜ 'ਚ ਵੀ ਦੇਖ ਸਕਦੇ ਮੂਹਰੇ ਮਿੱਟੀ ਲਾਈ ਜਾਂਦਾ, ਅਤੇ ਮਗਰ ਵਧੀਆ ਜਾਣੀ ਵੱਟ 'ਤੇ ਮਿੱਟੀ ਚੜ੍ਹਦੀ ਆ, ਦੇਖ ਸਕਦੇ ਹਾਂ ਸਾਈਡਾਂ ਵਾਲਿਆਂ 'ਤੇ ਮਿੱਟੀ ਭਰੀ ਹੋਈ ਆ ਪੂਰੀ ਖਾਲੀਆਂ 'ਚ, ਖੇਤ ਪਾਲੀ ਦਾ ਪੂਰਾ ਵੱਤ ਆ ਮਿੱਟੀ ਦੇ, ਅਤੇ ਦੇਖ ਸਕਦੇ ਹਾਂ ਸਾਰੀਆਂ ਵੱਟਾਂ 'ਤੇ ਜਾਣੀ ਬਰਾਬਰ ਮਿੱਟੀ ਚੜ੍ਹਦੀ ਹੈ, ਵੱਤ ਤੋਂ ਬਿਨਾਂ ਮਿੱਟੀ ਲੱਗਦੀ ਨਹੀਂ ਆਲੂਆਂ ਨੂੰ, ਖੇ ਖਰਾਬ ਜੀ ਹੋਣ ਲੱਗ ਜਾਂਦੀ ਹੈ, ਟਰੈਕਟਰ ਸਲਿੱਪ ਮਾਰੇ ਜੇ ਗਿੱਲਾ ਹੋਵੇ, ਜੇ ਸੁੱਕ ਗਿਆ ਖੇਤ ਤਾਂ ਵੀ ਪ੍ਰੋਬਲਮ ਆ ਜਾਂਦੀ ਆ, ਕਿਉਂਕਿ ਮਿੱਟੀ ਚੜ੍ਹਦੀ ਨਹੀਂ ਗੀ, ਪੰਜਾ ਲੱਗਣ ਹੜ ਜਾਂਦਾ, ਕਿਤੇ ਤਰ ਲੱਗ ਜੂ ਖੱਬਿਓ ਕਿਤੇ ਸੱਜਿਓ, ਬਾਕੀ ਜਿਹੜਾ ਰੇਹ ਇਹ ਪੈ ਜਾਣਾ ਜੜ੍ਹ ਦੇ ਕੋਲ ਪੋਰ ਨਾਲ, ਇਹਦਾ ਬਹੁਤ ਜ਼ਿਆਦਾ ਫਾਇਦਾ ਵਾ, ਅਤੇ ਕਿਉਂਕਿ ਜਿਹੜਾ ਆਪਾਂ ਛਿੱਟਾ ਦਿੰਦੇ ਹਾਂ ਉਹ ਸਾਰੇ ਪਾਸੇ ਖਿਲਰ ਜਾਂਦਾ, ਇਹ ਦੇਖ ਸਕਦੇ ਹਾਂ ਬਿਲਕੁਲ ਕੋਲ ਜਾ ਰਿਹਾ ਵਾ ਯੂਰੀਆ ਜੜ੍ਹ ਦੇ ਪੋਰ ਦੇ ਨਾਲ, ਇਹ ਅੱਧਾ ਪਾਉਣਾ ਗੱਟੂ ਜਿਹੜਾ ਆਪਾਂ ਯੂਰੀਆ ਦਾ ਘੱਟ ਪਾਉਣ ਨਾਲ ਵੀ ਪੂਰਾ ਕੰਮ ਕਰੂਗਾ ਇਹ, ਜਾਣੀ ਇੱਕ ਤਰ੍ਹਾਂ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਜਿਵੇਂ ਆਪਣੇ ਸਿਰਹਾਣੇ ਚਾਹ ਪਈ ਹੋਵੇ ਵੀ ਚੱਕ ਕੇ ਬਸ ਪੀ ਲੈਣੀ ਆ, ਬਣਾਉਣੀ ਨਹੀਂ ਪੈਣੀ, ਬਸ ਇਹ ਉੱਦਾਂ ਹੀ ਆ ਹਿਸਾਬ ਇਹਦਾ, ਬਾਕੀ ਆਪਾਂ ਨੂੰ ਇਸ ਵਾਰੀ ਮਿੱਟੀ ਲਾਉਣੀ ਪੈਣੀ ਆ, ਅਗਲੀ ਵਾਰ ਤੋਂ ਫਿਰ ਕੰਮ ਨਿਬੜ ਜਾਣਾ ਕਿਉਂਕਿ ਬਿੱਡਾਂ 'ਤੇ ਇਹਦੀ ਲੋੜ ਨਹੀਂ ਗੀ। ਦੇਖ ਸਕਦੇ ਹਾਂ ਖੇਤ ਵੱਤ ਆ ਪੂਰਾ, ਕੈਂ ਵਾਲੇ ਨਾ ਥੋੜ੍ਹਾ ਜਿਹਾ ਵੱਤ ਜੇ ਨਾਲ ਲਾਉਣੀ ਪੈਂਦੀ ਆ, ਜੇ ਇਹਨੂੰ ਥੋੜ੍ਹੀ ਜਿਹੀ ਸੁਕਾ ਦਈਏ ਪੈਲੀ ਨੂੰ ਤਾਂ ਮਿੱਟੀ ਫਿਰ ਚੜ੍ਹਦੀ ਨਹੀਂ ਗੀ, ਇਹ ਥੋੜ੍ਹੀ ਡਾਕਰ ਪੈਲੀ ਆ, ਇਹ ਤੋਂ ਹਲਕੀ ਜਿਹੀ ਜਿਵੇਂ ਆਪਾਂ ਕਹਿ ਲਈਏ ਵੀ ਨਰਮ ਲਾਉਣੀ ਪੈਂਦੀ ਆ, ਆਮ ਜਿਵੇਂ ਆਪਾਂ ਰਵੇਸਲੇ 'ਚ ਪੂਰੀ ਵੱਤ ਹੋ ਜਾਂਦੀ ਹੈ ਜਿੱਦਾਂ, ਇਹ 'ਚ ਥੋੜ੍ਹੀ ਜਿਹੀ ਨਰਮ ਨੂੰ ਲਾਉਣੀ ਪੈਂਦੀ ਹੈ ਮਿੱਟੀ ਖੇਤ ਨੂੰ, ਅਤੇ ਬਾਕੀ ਠੀਕ ਆ, ਪੰਜਾ ਜਾਣੀ ਇੱਕ ਸਾਰ ਚੱਲ ਰਿਹਾ ਵਾ ਪੂਰਾ ਪੂਰੀਆਂ ਖਾਲੀਆਂ 'ਚ, ਅਤੇ ਕੰਮ ਰਹਿ ਗਿਆ ਥੋੜ੍ਹਾ ਹੀ, ਹੁਣ ਚੱਲਦੇ ਹਾਂ ਫਿਰ ਮੋਟਰ 'ਤੇ, ਦੇਖ ਸਕਦੇ ਹਾਂ ਸਲਿੱਪ ਨਹੀਂ ਮਾਰਦਾ ਟਰੈਕਟਰ, ਮਿੱਟੀ ਵੀ ਫਾਲਿਆਂ ਤੋਂ ਲਾਉਣ ਵਾਲੀ ਹੋ ਗਈ ਕਿਉਂਕਿ ਥੋੜ੍ਹੀ ਜਿਹੀ ਨਰਮ ਆ ਪੈਲੀ, ਅਤੇ ਤਾਂ ਕਰਕੇ ਫਿਰ ਲੱਗ ਜਾਂਦੀ ਹੈ ਮਿੱਟੀ, ਦੇਖ ਸਕਦੇ ਹਾਂ ਦੀਵੇ ਵਾਂਗੂ ਹੋ ਗਿਆ ਮੂੰਹ ਸਾਰੀਆਂ ਵੱਟਾਂ ਦਾ, ਕੰਮ ਹੋ ਗਿਆ ਖਤਮ, ਚੱਲਦੇ ਹਾਂ ਫਿਰ ਮੋਟਰ 'ਤੇ ਹੁਣ, ਅਤੇ ਮਿੱਟੀ ਲਾ ਦਿੰਦੇ ਹਾਂ ਫਾਲਿਆਂ ਤੋਂ ਗਿੱਲੀ ਗਿੱਲੀ, ਅਤੇ ਵਿੱਚੋਂ ਇਹਦੇ ਯੂਰੀਆ ਕੱਢਣ ਵਾਲਾ ਪਾਲੀ ਕੱਢ ਲੂਗਾ ਥੋੜ੍ਹਾ ਜਿਹਾ ਅੱਧਾ ਕੁ ਗੱਟੂ ਹੈਗਾ, ਅਤੇ ਮੈਂ ਚੱਲਦਾ ਫਿਰ ਮੋਟਰ 'ਤੇ ਹੁਣ, ਮੈਂ ਮੋਟਰਸਾਈਕਲ 'ਤੇ ਆਇਆ ਸੀ, ਮੈਂ ਸ਼ਹਿਰ ਰੁਕਣਾ ਸੀਗਾ ਅਤੇ ਹਿੰਦਰ ਆ ਗਿਆ ਸੀ ਟਰੈਕਟਰ ਲੈ ਕੇ, ਪਹਿਲਾਂ ਆ ਗਏ ਹੁਣ ਮੋਟਰ 'ਤੇ, ਰੇ ਵਿੱਚ ਰੋੜੀ ਰਾੜੀ ਹੁੰਦੀ ਉਹ ਦੇਖਣਾ ਪੈਂਦਾ ਵਾ, ਬੰਨੇ ਨਾ ਇੱਧਰੋਂ ਗੇੜਾ ਲਾ ਕੇ ਲੈ ਗਿਆ ਸੀ ਮੈਂ, ਉੱਧਰੋਂ ਹੁਣ ਦੂਜੇ ਗੇੜੇ ਮੁੜਿਆ ਆ, ਮਿੱਟੀ ਇਹਨੂੰ ਦੋ ਦਿਨ ਆਪਾਂ ਜੇ ਰੁਕਣਾ ਸੀ ਤਾਂ ਰੁਕ ਵੀ ਸਕਦੇ ਸੀ, ਚੱਕਰ ਸੀਗਾ ਮੀਂਹ ਦਾ, ਨੈੱਟ 'ਤੇ ਮੀਂਹ ਦੱਸ ਰਿਹਾ ਸੀਗਾ ਵੀ ਮੀਂਹ ਆ 23-24 ਦਾ, ਤਾਂ ਕਰਕੇ ਫਿਰ ਮਿੱਟੀ ਆਪਾਂ ਲਾਤੀ ਸੀ ਇਹਨੂੰ ਅੱਜ, ਕਿਉਂਕਿ ਪੋਰਿਆ ਜਾਂਦਾ ਰੇਹ ਨਾਲ ਇਹਦੇ ਫਾਇਦਾ ਹੋ ਜਾਂਦਾ ਆਪਾਂ ਨੂੰ, ਨਹੀਂ ਫਿਰ ਛਿੱਟਾ ਦੇ ਕੇ ਪਾਉਣਾ ਪੈਣਾ ਸੀਗਾ, ਅਤੇ ਵੱਤ ਆ ਖੇਤ ਵੈਸੇ ਚੱਲਦਾ ਵਾ ਅੱਜ ਵੀ, ਨਹੀਂ ਤਾਂ ਫਿਰ ਛੱਡਣੀ ਪੈਣੀ ਸੀ ਆਪਾਂ ਨੂੰ ਜੇ ਸਲਿੱਪ ਮਾਰਦਾ ਟਰੈਕਟਰ, ਮਿੱਟੀ ਲਾਉਣ ਦਾ ਸਵਾਦ ਵੀ ਪੂਰੇ ਵੱਤ ਖੇਤ 'ਚ ਹੀ ਆਉਂਦਾ ਵਾ, ਜਾਣੀ ਵਧੀਆ ਮਿੱਟੀ ਲੱਗ ਰਹੀ ਹੈ, ਨਹੀਂ ਤਾਂ ਤਰਨ ਲੱਗ ਜਾਂਦਾ ਕਿਤੇ ਸੱਜੇ ਕਿਤੇ ਖੱਬੇ, ਉੱਚਾ ਨੀਵਾਂ ਆਉਣ ਲੱਗ ਜਾਂਦਾ ਹੁੰਦਾ, ਬਾਕੀ ਇੱਧਰ ਯੂਰੀਏ ਦੀ ਰਾਜੂ ਕਰੀ ਜਾਂਦਾ ਸਫਾਈ, ਮਾੜੀ ਮੋਟੀ ਰੋੜੀ ਜਿਹੜੀ ਕੱਢ ਕੇ
ਸਿੱਟ ਦੂਗਾ ਬਾਹਰ। ਗੇੜੇ ਰਹਿ ਗਏ ਦੋ, ਕੰਮ ਹੋ ਗਿਆ ਖਤਮ, ਅਤੇ ਦੇਖਦੇ ਹਾਂ ਕਿੰਨਾ ਕੁ ਥਾਂ ਬਚਦਾ ਇੱਧਰ। ਜਾਣੀ ਦੋ ਗੇੜੇ ਤਾਂ ਪੂਰੇ ਜਾਣਗੇ ਹੀ, ਬਾਕੀ ਬੈਕ ਬੁੱਕ ਕਰਕੇ ਲਾ ਦਾਂਗੇ। ਕੰਮ ਹੋ ਗਿਆ ਖਤਮ, ਅਤੇ ਚੱਲਦੇ ਹਾਂ ਫਿਰ ਪਿੰਡ ਨੂੰ। ਹੁਣ ਦੇਖਦੇ ਹਾਂ ਕੋਈ ਹੋਰ ਕੰਮ ਕਰਨ ਵਾਲਾ ਉਹਦਾ ਘਰ ਜਾ ਕੇ ਕਰ ਲਾਂਗੇ। ਇੱਕ ਵੱਟ ਰਹਿ ਗਈ ਸੀਗੀ ਪਹੀ ਨਾਲ, ਜੇ ਉਹਨੂੰ ਛੱਡਦੇ ਸੀ ਤਾਂ ਉਹਦਾ ਚੱਕਰ ਸੀ, ਕਿਉਂਕਿ ਉਹਦੇ ਵਿੱਚ ਹੈਗੀ ਆ ਬੂਈ, ਬੂਈ ਨੇ ਫਿਰ ਕਾਫੀ ਹੋ ਜਾਣਾ ਵਿੱਚ, ਅਤੇ ਪੱਟਣ ਵੇਲੇ ਫਿਰ ਚੱਕਰ ਜਿਹਾ ਪੈਂਦਾ, ਉਦੋਂ ਫਿਰ ਡਲੇ ਜਿਹੇ ਬਣਨ ਲੱਗ ਜਾਂਦੇ, ਉਵੇਂ ਜੜ੍ਹਾਂ ਜਿਹੀਆਂ ਆ ਜਾਂਦੀਆਂ। ਕੰਮ ਹੋ ਗਿਆ ਮਿੱਟੀ ਦਾ ਖਤਮ, ਅਤੇ ਚੱਲਦੇ ਹਾਂ ਫਿਰ ਪਿੰਡ ਨੂੰ। ਹੁਣ ਕੰਮ ਖਤਮ ਹੋਣ ਤੋਂ ਬਾਅਦ ਆਹ ਕੰਮ ਜ਼ਰੂਰੀ ਆ, ਕਿਉਂਕਿ ਗਿੱਲੀ ਗਿੱਲੀ ਮਿੱਟੀ ਲੈ ਜਾਂਦੀ ਹੈ, ਬਾਅਦ 'ਚ ਫਿਰ ਲੈਂਦੀ ਨਹੀਂ ਲੰਬੇ ਨਾਲ। ਅੱਜ ਦੀ ਵੀਡੀਓ ਕਿੱਦਾਂ ਲੱਗੀ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ, ਅਤੇ ਬੈੱਲ ਆਈਕਨ ਵਾਲਾ ਬਟਨ ਦੱਬਣਾ ਨਹੀਂ ਭੁੱਲਣਾ, ਤਾਂ ਕਿ ਤੁਹਾਨੂੰ ਹੋਰ ਵੀ ਨਵੀਆਂ ਨਵੀਆਂ ਵੀਡੀਓ ਮਿਲਦੀਆਂ ਰਹਿਣ। ਓਕੇ, ਧੰਨਵਾਦ ਸਾਰਿਆਂ ਦਾ, ਮਿਲਦੇ ਹਾਂ ਨਵੀਂ ਵੀਡੀਓ ਲੈ ਕੇ।